ਹੈ ਮੇਰੀ ਪਿਆਰੀ ਭਾਰਤ ਮਾਤਾ। ਮਾਤਾ ਜੋ ਇੱਕ ਔਰਤ ਹੈ, ਔਰਤ ਜੋ ਗੁਰੂਆਂ ਪੀਰਾਂ ਸੰਤਾਂ ਭਗਤਾਂ ਬਹਾਦਰਾਂ ਯੋਧਿਆਂ ਨੂੰ ਜਨਮ ਦੇਣ ਵਾਲੀ ਹੈ, ਔਰਤ ਜਿਸ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਕਦੇ ਸੀਤਾ ਬਣ ਕੇ ਅਗਨੀ ਪ੍ਰੀਖਿਆ ਦੇਣੀ ਪਈ ਅਤੇ ਕਦੇ ਇਸ ਨੂੰ ਦਰੋਪਦੀ ਦੇ ਰੂਪ ਵਿੱਚ ਭਰੀ ਸਭਾ ਵਿੱਚ ਨੰਗਾ ਕੀਤਾ ਗਿਆ। ਸਦੀਆਂ ਬਦਲੀਆਂ ਪਰ ਔਰਤ ਦੀ ਤ੍ਰਾਸ਼ਦੀ ਨਹੀਂ ਬਦਲੀ। 21ਵੀਂ ਸਦੀ ਵਿੱਚ ਕਦੇ ਦਾਜ ਦੀ ਬਲੀ ਦੇ ਕੇ ਜਿਉਂਦੀ ਨੂੰ ਸਾੜਿਆ ਜਾ ਰਿਹਾ ਹੈ, ਕਦੀ ਦਾਜ ਅਤੇ ਇੱਜ਼ਤ ਨੂੰ ਮੋਹਰੇ ਬਣਾ ਕੇ ਜੰਮਣ ਤੋਂ ਪਹਿਲਾਂ ਹੀ ਭਰੂਣ ਹੱਤਿਆ ਕਰਕੇ ਮਾਰਿਆ ਜਾ ਰਿਹਾ ਹੈ। ਔਰ ਅੱਜ ਤਾਂ ਹੋਰ ਬੜਾ ਵੱਡਾ ਇਸ਼ੂ ਆ ਗਿਆ ਹੈਗਾ ਮਸ਼ੀਨੀ ਯੁੱਗ ਦੇ ਵਿੱਚ, ਜੋ ਨਵੀਆਂ ਟੈਕਨੀਕਸ ਆਈਆਂ ਨੇ ਸਕੈਨਿੰਗ ਦੀਆਂ ਜਾਂ IVF ਦੀਆਂ, ਇਨ ਵਿਟਰੋ ਫਰਟੀਲਿਟੀ ਦਾ, ਉਹਦੇ ਵਿੱਚ ਸੈਕਸ ਸਿਲੈਕਸ਼ਨ ਦਾ ਇੱਕ ਨਵਾਂ ਯੁੱਗ ਚੱਲਿਆ ਹੈਗਾ। ਔਰ ਫੀਮੇਲ ਫੋਟੀਸਾਈਡ ਸਾਡੇ ਪੰਜਾਬ 'ਚ ਇੱਕ ਬੜੀ ਵੱਡੀ ਬਿਮਾਰੀ ਚੱਲੀ ਹੈ, ਜਿਹਦੇ ਕਰਕੇ ਜਨਮ ਦੇ ਸਮੇਂ ਜਾਂ ਅਸੀਂ ਕਹਿ ਲਈਏ ਕਿ 0 to 6 years ਦੇ ਜਿਹੜਾ ਏਜ ਗਰੁੱਪ ਹੈ ਬੱਚਿਆਂ ਦਾ, ਉਹਦੇ 'ਚ ਲੜਕੀਆਂ ਦੀ ਗਿਣਤੀ ਜਿਹੜੀ ਹੈ ਉਹ ਮੁੰਡਿਆਂ ਨਾਲੋਂ ਬਹੁਤ ਘੱਟ ਹੈ। ਇਸ ਸਦੀ ਵਿੱਚ ਪਹੁੰਚ ਕੇ ਵੀ ਕੀ ਅਸੀਂ ਧੀ ਨੂੰ ਪੁੱਤ ਵਾਂਗ ਬਰਾਬਰਤਾ ਦਿੱਤੀ ਹੈ? ਆਓ ਇਸ ਕੌੜੇ ਸੱਚ ਨੂੰ ਆਪਣੀਆਂ ਅੱਖਾਂ ਨਾਲ ਦੇਖੀਏ। ਜਿਹੜੀ ਲੜਕੀ ਹੈ ਇਹਦਾ ਨਾਮ ਸਤਨਾਮ ਕੌਰ ਆ, ਅਤੇ ਇਹ ਪਹਿਲਾਂ ਵੀ ਇਹਦੇ ਘਰ ਇੱਕ ਲੜਕੀ ਹੈ, ਅਤੇ ਇਹ ਅਕਤੂਬਰ ਦੇ ਮਿਡ ਦੇ ਵਿੱਚ ਸਾਡੇ ਕੋਲ ਇੱਥੇ ਆਈ ਸੀ, ਅਤੇ ਇਹਨੂੰ ਇਹਦੇ ਸਹੁਰਿਆਂ ਨੇ ਕੁੱਟਿਆ ਸੀਗਾ, ਅਤੇ ਸਾਡੇ ਨਾਲ ਮਿਲਣ ਲਈ ਇਸੇ ਗੱਲ ਵਾਸਤੇ ਆਈ ਸੀਗੇ, ਪਰਚਾ ਕਟਾਉਣ ਵਾਸਤੇ ਕਿ ਇਹ ਸਹੁਰੇ ਨੇ ਇਹਨੂੰ ਕੁੱਟਿਆ, ਉਹਦੇ ਵਾਸਤੇ ਮੈਡੀਕਲ ਲੀਗਲ ਰਿਪੋਰਟ ਬਣਾਉਣ ਵਾਸਤੇ ਆਈ ਸੀ। ਅਤੇ ਉਸ ਟਾਈਮ ਫਿਰ ਇਹਨਾਂ ਨੇ ਸਾਨੂੰ ਦੱਸਿਆ ਕਿ ਮੈਨੂੰ ਮੇਰੇ ਇੱਕ ਸਹੁਰਿਆਂ ਨੇ ਇਸ ਤਰ੍ਹਾਂ ਮੇਰਾ ਟੈਸਟ ਕਰਵਾਇਆ ਸੀਗਾ, ਅਤੇ ਮੇਰੇ ਪੇਟ ਦੇ ਵਿੱਚ ਉਹ ਟੈਸਟ ਦੇ ਵਿੱਚ ਲੜਕੀ ਆਈ ਹੈ, ਅਤੇ ਉਹ ਮੈਨੂੰ ਕਹਿੰਦੇ ਆ ਕਿ ਤੂੰ ਇਹਨੂੰ ਅਬੋਰਸ਼ਨ ਕਰਾ ਦੇ, ਲੜਕੀ ਨੂੰ ਇਹ ਨਹੀਂ ਜਨਮ ਦੇਣ ਦੇਣਾ। ਅਤੇ ਇਹਨੇ ਉਹਨੂੰ ਰਜਿਸਟਰ ਕੀਤਾ, ਅਤੇ ਉਹਨਾਂ ਨੇ ਇਹਨੂੰ ਮਾਰਿਆ ਕੁੱਟਿਆ, ਉਹਦੀ ਸੱਸ ਨੇ ਜਾਂ ਉਹਦੇ ਘਰ ਸਹੁਰਿਆਂ ਨੇ ਸਾਰੇ ਰਲ ਕੇ ਮਿਲ ਕੇ ਘਰ ਵਾਲੇ ਨੇ। ਮੇਰੇ ਘਰ ਬੱਚਾ ਹੋਇਆ ਵਾਲਾ ਹੋਇਆ, ਟੈਸਟ ਕਰਾਉਣ ਦਾ ਮੈਨੂੰ ਕਹਿੰਦੇ ਕਿ ਤੈਨੂੰ ਦਵਾਈ ਕਰਾਉਣ ਜਾਣਾ, ਮੈਨੂੰ ਐਕਟਾ ਸੌਣ ਦੇ ਬਹਾਨੇ ਮੈਨੂੰ ਜਾ ਕੇ ਤਾਂ ਲੰਮੇ ਪਾ ਦਿੱਤਾ ਮਸ਼ੀਨ 'ਤੇ, ਟੈਸਟ ਕਰਾ ਕੇ ਤਾਂ ਆਉਂਦੇ ਇਹਦੇ ਘਰ 'ਤੇ ਗੁੜੀਆਂ ਹੋਣ ਵਾਲੀ ਆ, ਕੁੜੀ ਹੋਣ ਵਾਲੀ, ਫਿਰ ਘਰ ਜਾ ਕੇ ਅਤੇ ਮੈਨੂੰ ਆਉਂਦੇ ਕਿ ਇਹਦੇ ਘਰ ਕੁੜੀ ਹੋਣ ਵਾਲੀ, ਅਸੀਂ ਕੁੜੀ ਨਹੀਂ ਰੱਖਣੀ ਨਹੀਂ, ਤਾਂ ਮੈਨੂੰ ਬੱਸੇ ਬਿਠਾਇਆ, ਕਹਿੰਦਾ ਚੱਲ ਪੇਕਿਆਂ ਨੂੰ ਮੁੜ ਕੇ ਜਾ ਕੇ, ਆਉਂਦਾ ਜਾ ਕੇ ਤਾਂ ਆਪਣੇ ਮੰਮੀ ਨੂੰ ਅਤੇ ਆਪਣੇ ਭਰਾ ਨੂੰ ਆਖੀ ਇਹ ਕੰਮ ਕਰਵਾ ਦੇ ਵੀ, ਤੈਨੂੰ ਤੈਨੂੰ ਫਿਰ ਰੱਖਣਾ। ਹਸਪਤਾਲ ਦੇ ਕਮਰੇ ਅੰਦਰ ਪਈਆਂ ਨੇ ਜੋ ਅਜਬ ਮਸ਼ੀਨਾਂ, ਪੁੱਤਰਾਂ ਨੂੰ ਇਹ ਕੁਝ ਨਾ ਆਖ, ਸਾਡੇ ਲਈ ਕਿਉਂ ਬਣਨ ਸ਼ਗੀਨਾ। ਲੋਕਾਂ ਦੇ ਦਿਮਾਗ 'ਚ ਇਹੀ ਰਹੇਗਾ ਜਿਹੜੇ ਪੁਸ਼ਤਾਂ 'ਚ ਰਿਹਾ ਵੀ ਲੜਕਾ ਹੀ ਪੈਦਾ ਹੋਵੇ ਤਾਂ ਲੜਕਾ ਹੀ ਘਰ ਚਲਾਏਗਾ, ਅਤੇ ਲੜਕੇ ਦੀ ਚਾਹਤ ਲਈ ਸੱਸ ਲੜਕੀ 'ਤੇ ਪ੍ਰੈਸ਼ਰ ਕਰੇਗੀ, ਔਰ ਲੜਕਾ ਵੀ ਜਿਹੜਾ ਹਸਬੈਂਡ ਹੈ ਉਹ ਵੀ ਕਹੇਗਾ ਕਿ ਨਹੀਂ ਮੈਨੂੰ ਲੜਕਾ ਵੀ ਚਾਹੀਦਾ। ਤਾਂ ਉਸ ਪ੍ਰੈਸ਼ਰ ਦੇ ਵਿੱਚ ਲੇਡੀ ਕੁਛ ਨਹੀਂ ਕਰ ਸਕਦੀ ਕਿਉਂਕਿ ਉਹ ਅਨਇੰਪਲੋਇਡ ਹੁੰਦੀਆਂ, ਸਾਰੀਆਂ ਕੰਮ ਤਾਂ ਕਰਦੀਆਂ ਨਹੀਂ ਹੈ, ਅਤੇ ਉਹ ਇੱਕ ਤਰ੍ਹਾਂ ਮੈਂਟਲੀ ਡਿਸਟਰਬ ਹੁੰਦੀ ਹੈ। ਮੈਂ ਇਹ ਕੰਮ ਨਹੀਂ ਕਰਵਾਉਣਾ, ਮੈਂ ਬੱਚੀ ਨਹੀਂ ਮਰਵਾਉਣੀ ਵੀ, ਤੁਸੀਂ ਮੈਨੂੰ ਬਾਹਰ ਰੱਖੋ ਜਾਂ ਨਾ ਰੱਖੋ, ਮੈਂ ਬੱਚੀ ਨਹੀਂ ਮਰਵਾਉਣੀ ਆਪਣੀ। ਟੈਸਟ ਕਰਵਾਉਣ ਤੋਂ ਬਾਅਦ ਜਦੋਂ ਮੇਰੇ ਘਰ ਘੱਲਿਆ, ਪੀਓਸ਼ਨ ਕਰਵਾਇਆ, ਮੈਂ ਮਹੀਨਾ ਰੱਖਿਆ ਸੀ ਪੰਚਾਇਤਾਂ ਰਾਹੀਂ ਥਾਣਿਆਂ ਰਾਹੀਂ ਘਰ ਘੱਲਿਆ ਵੀ ਜਾ ਤੂੰ ਪੁੱਤ ਆਪਣੇ ਘਰ ਹੀ ਚੰਗੀ, ਅਸੀਂ ਨਹੀਂ ਕਰਦੇ, ਜੇ ਤੇਰੇ ਘਰ ਬੇਟੀ ਹੋ ਵੀ ਪਊਗੀ ਤਾਂ ਅਸੀਂ ਰੱਖ ਲਵਾਂਗੇ, ਤੂੰ ਫਿਕਰ ਨਾ ਕਰ।
ਮੁੜ ਕੇ ਫਿਰ ਮਹੀਨਾ ਦੋ ਮਹੀਨੇ ਫਿਰ ਇਸ ਤਰ੍ਹਾਂ ਹੀ ਰੇਟ ਕਰੀ ਸਾਡੇ ਠਾਣੇ ਉਠਾਣੀ ਹੁੰਦੇ ਰਹੇ। ਉਹਦੀ ਮਾਂ ਬੈਂਕਾਂ ਦੇ ਬੈਗ ਪੈਸੇ ਪਾ ਕੇ ਲਿਆਉਂਦੀ ਹੁੰਦੀ ਕਿ ਗਰੀਬ ਆ ਮੰਨ ਜੂਗੀ। ਅਸੀਂ ਤਲਾਕਾਂ ਦੀਆਂ ਧਮਕੀਆਂ ਦਿੰਦੇ ਰਹੇ ਮੈਨੂੰ ਪਹਿਲਾਂ ਤਲਾਕ ਦੇ ਦੇਣਾ ਇਹਦੇ ਘਰ ਬੇਟੀਆਂ ਹੁੰਦੀਆਂ ਇਹਨੂੰ ਤਲਾਕ ਦੇ ਦੇਣਾ ਅਸੀਂ ਇਹਨੂੰ ਰੱਖਣਾ ਇੰਨੇ ਅੱਛੇ ਨਹੀਂ ਆ ਅਸੀਂ ਕੁਛ ਮੇਰੇ ਨਾਲ ਜ਼ੁਲਮ ਹੁੰਦੇ ਰਹੇ। ਦਾਜ ਦਿੱਤਾ ਮੇਰੇ ਮਾਪਿਆਂ ਨੇ ਟੋਟਲ ਰਲੀਆਂ ਭਰ ਕੇ ਦਾਜ ਦਿੱਤੀਆਂ ਸਾਰੇ ਰਿਸ਼ਤੇਦਾਰ ਇਕੱਠੇ ਕੀਤੇ ਕਿ ਕਿਸ ਤਰ੍ਹਾਂ ਆਪਾਂ ਆਪਣੀ ਕੁੜੀ ਵਸਾਈਏ ਵੀ ਅਸੀਂ ਕਲਾ ਦਿੱਤੀ ਆ। ਉਹਨਾਂ 7 ਦਿਨ ਇਹਦੇ ਨਾਲ ਨਾ ਕੋਈ ਆ ਨਾ ਇਹਨੂੰ ਰੋਟੀ ਦਿੱਤੀ ਨਾ ਪਾਣੀ ਦਿੱਤਾ ਅਤੇ 7 ਦਿਨੀ ਇਹਨੂੰ ਬੱਤੀਆਂ ਲਾ ਲਾ ਕੇ ਅਤੇ ਮਾਰ ਕੁੱਟ ਕੇ ਵੀ ਇਹਦੇ ਢਿੱਡ 'ਚ ਲੱਤਾਂ ਮਾਰਦੇ ਰਹੇ ਆ ਵੀ ਇਹ ਬੱਚੀ ਜਿਹੜੀ ਗਿਰ ਜੇ ਅਤੇ ਇਹਦਾ ਕੰਮ ਹੋ ਜੂਗਾ। ਇਸ ਤਰ੍ਹਾਂ ਜਦੋਂ ਮੇਰੇ ਨਾਲ ਕਰਦੇ ਰਹੇ ਆ ਹਫ਼ਤੇ ਬਾਅਦ ਮੈਨੂੰ ਉਹਦਾ ਮੇਰੀ ਨਣਾਨ ਨੇ ਫੋਨ ਕਰਾਰ ਕਰਾ ਕੇ ਭਰਾ ਨੂੰ ਸਖਾਲਣ ਆ ਗਈ ਇੱਕ ਦਿਨ ਪਹਿਲਾਂ ਲੈ ਕੇ ਗਿਆ ਮੈਨੂੰ ਨਣਾਨ ਮੇਰੀ ਕਹਿੰਦੀ ਇਹਨੂੰ ਗੁੱਡੀ ਨਹੀਂ ਅਸੀਂ ਰੱਖਣੀ 6-7 ਲੱਖ ਰੁਪਇਆ ਦਾ ਦੇ ਕੇ ਅਤੇ ਇਹਨੂੰ ਘਰੋਂ ਕੱਢ ਦੇਣਾ ਉਹਦੇ ਚੁੱਕਣਾ 'ਤੇ ਆਣ ਕੇ ਇਹਨੇ ਮੈਨੂੰ ਘੜੋਂ ਕੱਢਿਆ ਮਾਰ ਕੁੱਟ ਕੇ ਕਿ ਅਸੀਂ ਨਹੀਂ ਗੁੱਡੀ ਰੱਖਣੀ ਮੈਂ ਅੱਜ ਆ ਬੱਚੀ ਨੂੰ ਜਾਗਦੇ ਆ ਬੈਠੀ ਜਿਹੜੀ ਬੱਚੀ ਨੂੰ ਮਾਰਨਾ ਚਾਹੁੰਦੇ ਮੈਂ ਸਭ ਕੁਛ ਕਰਵਾਇਆ ਅਤੇ ਮੇਰੀ ਨਣਾਨ ਉਹਨੇ ਕਰਵਾਇਆ ਮੇਰੇ ਨਾਲ ਮੇਰੇ ਸੱਸ ਨੇ ਵੇਖੋ ਮੈਂ ਇੰਨੀਆਂ ਡਈ ਇਹਨਾਂ ਬਾਰੇ ਮੁਸੀਬਤਾਂ ਚ ਇਹਨਾਂ ਬੱਚੀਆਂ ਬਾਰੇ ਸਰਕਾਰ ਨੂੰ ਚਾਹੀਦੀ ਮੇਰੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਜਿਹੜਾ ਉੱਥੋਂ ਵੀ ਹੱਸਾ ਮੇਰੀਆਂ ਬੱਚੀਆਂ ਨੇ ਉਹ ਵੀ ਦਵਾਉਣ। ਜਗਦੇਵ ਕਲਾਂ ਦੇ ਵਿੱਚ ਮੈਂ ਹੁਣ ਕੇਸ ਅੱਜ ਸੁਣਿਆ ਮੈਂ ਕੱਲ੍ਹ ਨੂੰ ਉੱਥੇ ਜਾ ਰਿਹਾ ਇੰਟਰਵਿਊ ਲਈ ਉਹ ਲੜਕੀ ਜਿਹੜੀ ਆ ਉਹਨੂੰ ਮਜਬੂਰ ਕਰਦੇ ਸੀ ਕਿ ਤੂੰ ਇਹ ਆਪਣਾ ਅਬੋਰਸ਼ਨ ਕਰਾ ਵੀ ਲੜਕੀ ਹੋਣੀ ਉਹਨੇ ਕੀਤਾ ਨਹੀਂ ਉਹ ਇਸ ਵੇਲੇ ਪੇਕਿਆਂ ਦੇ ਆਪਣਿਆਂ ਦੇ ਬੈਠੀ ਹੈ। ਸੋ ਇਹੋ ਜਿਹਾ ਕੇਸ ਦੇ ਵਿੱਚ ਵੀ ਸਰਕਾਰ ਹੈਲਪ ਕਰਦੀ ਹੈ? ਬਿਲਕੁਲ ਕਰਦੀ ਹੈ ਜੀ। ਇਸ ਕੇਸ ਦੇ ਵਿੱਚ ਵੀ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਹੈਲਥ ਮਿਨਿਸਟਰ ਪੰਜਾਬ ਦੇ ਨੇ ਉਸ ਨੂੰ ਮਿਲਿਆ ਉਹਦੀ ਹੈਲਪ ਕੀਤੀ ਹੈ। ਅਸੀਂ ਫਾਈਨੈਂਸ਼ੀਅਲ ਹੈਲਪ ਵੀ ਕਰ ਰਹੇ ਹਾਂ ਉਹਨਾਂ ਦੀ ਸਾਰੀ ਹਰ ਕਿਸਮ ਦੀ ਉਹਨਾਂ ਨੂੰ ਪੂਰੀ ਤਸੱਲੀ ਦਵਾ ਰਹੇ ਹਾਂ ਕਿ ਉਹ ਬੱਚੀ ਨੇ ਬਹੁਤ ਵਧੀਆ ਸਟੈਂਡ ਲਿਆ ਹੈ ਉਸ ਲੇਡੀ ਨੇ ਅਤੇ ਸਰਕਾਰ ਉਹਦੀ ਸਪੋਰਟ ਕਰਦੀ ਹੈ। ਉਹਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਇਨ ਲੋਸ ਜਿਹੜੇ ਇਸ ਉਹਨੂੰ ਮਜਬੂਰ ਕਰਦੇ ਸੀ ਉਹਨਾਂ ਦੇ ਖਿਲਾਫ਼ ਪਰਚੇ ਵੀ ਦਰਜ ਕਰ ਰਹੇ ਹਾਂ ਅਸੀਂ। ਕੱਚੀਆਂ ਤਰੀਕਾਂ ਪੈਂਦੀਆਂ ਇਹਨਾਂ ਦੀਆਂ ਤੇ ਉਹ ਅਜੇ ਕੋਈ ਬੰਦੀ ਦੀ ਕੋਈ ਗੱਲਬਾਤ ਇਹਦਾ ਜਿਹੜਾ ਹੈਗਾ ਹੁਣ ਉੱਥੇ ਅਜੇ ਚਲਾਨ ਨਹੀਂ ਉਹਨੂੰ ਪੇਸ਼ ਕਰਨ ਲਈ ਪੁਲਿਸ ਜਿਹੜੀ ਆ ਚਲਾਨ ਕਾਹਦਾ ਨਹੀਂ ਪੇਸ਼ ਕਰਦਾ ਚਲਾਨ ਜਿਹੜਾ ਜਿੱਦਾਂ ਆਪਣਾ ਲਟਕੀ ਦਾ ਹੈਗਾ ਸੀ ਕੇਸ ਮੁਕੱਦਮਾ ਕੀਤਾ ਸੀ ਇੱਕ 400 98 ਦਾ ਹੈਗਾ ਸੀਗਾ ਆਪਣਾ ਦਾਜ ਦਾ ਜਿਹੜਾ ਹੈਗਾ ਤੇ ਇੱਕ ਲਟਕੀ ਦਾ ਜਿਹੜਾ ਮਤਲਬ ਕਿ ਹੈਗਾ ਉਹਦਾ ਪੁਲਿਸ ਨੇ ਇਹ ਚਲਾਨ ਹੀ ਨਹੀਂ
ਬੜਾ ਮੀਡੀਆ ਪ੍ਰੋਫਾਈਲ ਹੋਇਆ, ਕੇਸ ਕੋਰਟ ਦੇ ਵਿੱਚ ਡੇਢ ਸਾਲ ਤੋਂ ਚੱਲ ਰਿਹਾ, ਅੱਜ ਤੱਕ ਇਸੇ ਤਰ੍ਹਾਂ ਹੀ ਤਰੀਕਾਂ ਪਈ ਜਾਂਦੀਆਂ, ਅੱਜ ਤੱਕ ਇਸ ਕੇਸ ਦਾ ਕੋਈ ਵੀ ਹੱਲ ਨਹੀਂ ਹੋਇਆ। ਸੋ ਇਹ ਇੱਥੇ ਦੇ ਆਪਾਂ ਸਿਸਟਮ ਬਾਰੇ ਕੋਈ ਕਿੰਤੂ ਪਰੰਤੂ ਕਰ ਸਕਦੇ ਹਾਂ ਕਿ ਇੱਕ ਔਰਤ ਜਿਹਨੇ ਆਪਣੀ ਬੱਚੀ ਮਰਵਾਉਣ ਤੋਂ ਨਾ ਕਰ ਦਿੱਤੀ ਅਬੋਰਸ਼ਨ ਕਰਾ ਕੇ, ਉਸ ਬੱਚੀ ਦੇ ਨਾਲ ਅੱਜ ਜੋ ਕੁਛ ਇੱਥੇ ਦਾ ਸਿਸਟਮ ਕਰ ਰਿਹਾ, ਸੋ ਇਹ ਆਪਣੇ ਸਾਹਮਣੇ ਇੱਕ ਉਦਾਹਰਨ ਹੋਣੀ ਚਾਹੀਦੀ ਕਿ ਅੱਜ ਵੀ ਕੋਰਟ 'ਚ ਆਈ ਆ, ਇਹਦੀ ਫਿਰ ਅਗਲੀ ਤਰੀਕ ਪਾ ਦਿੱਤੀ ਗਈ, ਕਿਉਂਕਿ ਜੋ ਮੂਹਰੇ ਦਾ ਹਸਬੈਂਡ ਆ ਅਤੇ ਉਹ ਪਰਿਵਾਰ ਆ, ਉਹ ਉਸ ਐਪਲੀਕੇਸ਼ਨ ਦਾ ਜਵਾਬ ਦੇ ਨਹੀਂ ਕਰ ਰਿਹਾ। ਮੇਰਾ ਆਦਮੀ ਨਹੀਂ ਸਿਰ 'ਤੇ ਹੈਗਾ, ਤਿੰਨ ਇਹ ਨੇ, ਚੌਥੀ ਮੈਂ ਵਾਂ, ਮੈਂ ਚਾਰ ਜਣੀਆਂ ਕਿੱਥੇ, ਦੱਸੋ ਮੈਂ ਕਿੱਥੇ ਪਾਊਂਗੀ। ਅਸੀਂ ਚਾਰ ਹੋ ਗਈਆਂ, ਪੁੱਤ ਇਕੱਲਾ ਉਹ ਆਪਣੇ ਟੱਬਰ ਵਾਲਾ, ਮੈਂ ਕਿੱਥੇ ਇਹਨਾਂ ਤਿੰਨਾਂ ਨੂੰ ਪਾਊਂ, ਚੌਥੀ ਮੈਂ ਕਿੱਥੋਂ ਖਾਊਂਗੀ। ਸਤਨਾਮ ਕੌਰ ਵਰਗੀਆਂ ਬੇਵੱਸ ਔਰਤਾਂ ਕੋਲ ਚੋਣ ਲਈ ਕਿਹੜਾ ਰਾਹ ਹੈ? ਜੰਮਣ ਤੋਂ ਪਹਿਲਾਂ ਕੁੱਖ ਵਿੱਚ ਬੱਚੀ ਨੂੰ ਮਾਰ ਦੇਣਾ,
ਜਾਂ ਜੰਮਣ ਤੋਂ ਬਾਅਦ ਖੇਤਾਂ ਖੂਹਾਂ ਨਾਲਿਆਂ ਵਿੱਚ ਸੁੱਟ ਦੇਣਾ, ਜਾਂ ਫਿਰ ਹੱਥ ਵਿੱਚ ਇਨਸਾਫ ਮੰਗਣ ਲਈ ਠੂਠਾ ਫੜ ਕੇ ਅਦਾਲਤਾਂ ਵਿੱਚ ਖੁਆਰ ਹੋਣਾ। ਅਤੇ ਇਹ ਸਾਡਾ ਸਮਾਜ ਗੁੰਗਾ, ਬਹਿਰਾ ਅਤੇ ਅੰਨਾ, ਜਿਹਨੂੰ ਬੇਵਸ ਔਰਤਾਂ ਦਿਸਦੀਆਂ ਜਾਂ ਸੁਣਦੀਆਂ ਨਹੀਂ। ਅਤੇ ਆਓ ਦੇਖੋ ਕਿ ਕਿਤੇ ਅਨਾਥ ਆਸ਼ਰਮਾਂ ਵਿੱਚ ਰੁਲਦੀਆਂ ਬੱਚੀਆਂ ਇਹੋ ਜਿਹੀਆਂ ਬੇਵਸ ਔਰਤਾਂ ਦੀ ਦੇਣ ਹੈ ਜਾਂ ਸਮਾਜ ਦੀ। ਦੁੱਖ ਭੰਜਨੀ ਬੇਰੀ ਦੇ ਚਰਨਾਂ ਵਿੱਚ ਇਹ ਜੋ ਥੜਾ ਸਥਾਪਿਤ ਹੈ, ਇਸ ਥੜੇ ਉੱਤੇ ਫਰਵਰੀ 2006 ਨੂੰ ਕੜਕਦੀ ਹੋਈ ਠੰਡ ਵਿੱਚ ਕੋਈ ਨਵਜੰਮੀ ਬੱਚੀ ਨੂੰ ਇਸ ਥੜੇ ਉੱਤੇ ਰੱਖ ਗਿਆ ਸੀ। ਉਸ ਸਮੇਂ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਨਵਜੰਮੀਆਂ ਬੱਚੀਆਂ ਨੂੰ ਬੇਸਹਾਰਾ ਕਰਕੇ ਸੁੱਟ ਦੇਣਾ ਜਾਂ ਇਸ ਤਰ੍ਹਾਂ ਰੱਖ ਦੇਣਾ ਇਹ ਸਿੱਖ ਧਰਮ ਦੇ ਅਨੁਕੂਲ ਨਹੀਂ। ਅਤੇ ਇਸ ਤਰ੍ਹਾਂ ਕਰਨਾ ਜਾਂ ਉਹਨਾਂ ਨੂੰ ਇਸ ਕਰਕੇ ਸੁੱਟ ਦੇਣਾ ਕਿ ਉਹ ਬੱਚੀਆਂ ਲੜਕੀਆਂ ਹਨ, ਇਹ ਸਿੱਖ ਧਰਮ ਦੇ ਵਿਰੋਧੀ ਹੈ। ਉਸ ਸਮੇਂ ਅਕਾਲ ਤਖ਼ਤ ਤੋਂ ਇਸ ਦੇ ਖਿਲਾਫ਼ ਮਤਾ ਪਾਸ ਕੀਤਾ ਗਿਆ। ਅਕਾਲ ਤਖ਼ਤ ਸਾਹਿਬ ਤੋਂ ਇਹ ਵੀ ਕਿਹਾ ਗਿਆ ਕਿ ਕੁਝ ਕੁ ਧਾਰਮਿਕ ਅਦਾਰਿਆਂ ਅੱਗੇ ਪੰਘੂੜੇ ਲਾਏ ਜਾਣਗੇ, ਜਿਸ ਵਿੱਚ ਕੁੜੀਆਂ ਨਾ ਚਾਹੁਣ ਵਾਲੇ ਉਹਨਾਂ ਨੂੰ ਮਾਰਨ ਲਈ ਸੁੱਟਣ ਦੀ ਬਜਾਏ ਉਹਨਾਂ ਵਿੱਚ ਰੱਖ ਦੇਣ। ਸਾਲ ਬੀਤੇ ਪਰ ਕਿਸੇ ਵੀ ਅਦਾਰੇ ਅੱਗੇ ਇਸ ਤਰ੍ਹਾਂ ਦਾ ਪੰਘੂੜਾ ਨਹੀਂ ਲਾਇਆ ਗਿਆ। ਅੰਮ੍ਰਿਤਸਰ ਵਿੱਚ ਪਹਿਲਾ ਪੰਘੂੜਾ ਰੈੱਡ ਕ੍ਰਾਸ ਦੀ ਇਮਾਰਤ ਅੱਗੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਰਦਾਰ ਕਾਹਨ ਸਿੰਘ ਪੰਨੂ ਨੇ ਲਾਇਆ। ਅਤੇ ਆਓ ਤੁਹਾਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਕਾਹਨ ਸਿੰਘ ਪੰਨੂ ਨਾਲ ਕੀਤੀ ਮੇਰੀ ਗੱਲਬਾਤ ਸੁਣਾਈਏ। ਦੇਖੋ ਜੀ, ਇਸ ਤਰ੍ਹਾਂ ਸੀ ਕਿ ਮੈਂ ਅੰਮ੍ਰਿਤਸਰ ਦੇ ਵਿੱਚ 2007 ਮਾਰਚ ਦੇ ਵਿੱਚ ਆਇਆ ਡਿਪਟੀ ਕਮਿਸ਼ਨਰ ਬਣ ਕੇ। ਉਸ ਇੱਕ ਸਾਲ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਕੁਛ ਬੱਚੇ ਜਾਂ ਬੱਚੀਆਂ ਆਮ ਤੌਰ 'ਤੇ ਜਿਹੜੇ ਪੇਰੈਂਟਸ ਨਹੀਂ ਸੀ ਸਾਂਭ ਸਕਦੇ ਜਾਂ ਨਹੀਂ ਸੀ ਰੱਖਣਾ ਚਾਹੁੰਦੇ, ਕਾਰਨ ਕੋਈ ਵੀ ਹੋ ਸਕਦੇ ਨੇ, ਕੀ ਕਾਰਨ ਸੀ ਕਿ ਮਮਤਾ ਅਤੇ ਮਜਬੂਰੀ ਭਾਰੀ ਹੋਈ, ਉਹਨਾਂ ਨੂੰ ਬਾਹਰ ਸੁੱਟ ਦਿੰਦੇ ਸੀ ਝਾੜੀਆਂ 'ਚ ਜਾਂ ਸੜਕਾਂ ਦੇ ਕੰਢਿਆਂ ਦੇ ਉੱਤੇ। ਮੈਂ ਕਿਹਾ ਵੀ ਇਸ ਤਰ੍ਹਾਂ ਦਾ ਕੋਈ ਸਮਾਜ ਦੇ ਵਿੱਚ ਮੈਕਨਿਜ਼ਮ ਸਾਨੂੰ ਦੇਣਾ ਚਾਹੀਦਾ, ਕੋਈ ਸਿਸਟਮ ਅਡੋਪਟ ਕਰਨਾ ਚਾਹੀਦਾ ਤਾਂ ਕਿ ਉਹ ਲੋਕ ਸਾਨੂੰ ਉਹ ਬੱਚੇ ਸਮਾਜ ਦੀ ਪਾਲਣ ਪੋਸ਼ਣ ਵਾਸਤੇ ਦੇ ਜਾਣ, ਇਸ ਤਰ੍ਹਾਂ ਨਾ ਸੁੱਟਣ। ਕਿਉਂਕਿ ਜਿਹੜਾ ਬੱਚਾ ਹੈ ਉਹ ਜਿੰਨੀ ਪੇਰੈਂਟਸ ਦੀ ਜ਼ਿੰਮੇਵਾਰੀ ਹੈ ਉਨੀ ਸਮਾਜ ਦੀ ਵੀ ਜ਼ਿੰਮੇਵਾਰੀ ਹੈ, ਕਿਉਂਕਿ ਉਸ ਬੱਚੇ ਨੇ ਵੱਡਾ ਹੋ ਕੇ ਸਮਾਜ ਨੂੰ ਹੀ ਅੱਗੇ ਵਧਾਉਣ ਦੇ ਵਿੱਚ, ਸਮਾਜ ਨੂੰ ਵਧੀਆ ਬਣਾਉਣ ਦੇ ਵਿੱਚ, ਸਮਾਜ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਨਾ ਹੈ। ਸੋ ਉਹਨਾਂ ਦਾ ਅਸੀਂ 1 ਜਨਵਰੀ 2008 ਨੂੰ ਰੈੱਡ ਕ੍ਰੋਸ ਦੇ ਸਾਹਮਣੇ ਇੱਕ ਪੰਘੂੜਾ ਲਾ ਦਿੱਤਾ। ਇਸ ਸਕੀਮ ਦਾ ਨਾਂ ਅਸੀਂ ਪੰਘੂੜਾ ਰੱਖਿਆ ਅਤੇ ਅਸੀਂ ਲੋਕਾਂ ਨੂੰ ਕਿਹਾ ਕਿ ਜੇ ਕਿਸੇ ਨੂੰ ਬੱਚਾ ਆਪਣਾ ਨਹੀਂ ਚਾਹੀਦਾ, ਕਿਸੇ ਵੀ ਕਾਰਨ, ਕੋਈ ਆਰਥਿਕ, ਸਮਾਜਿਕ, ਕੁਛ ਵੀ ਕਾਰਨ ਹੋ ਸਕਦੇ ਨੇ, ਲੀਗਲ ਕਾਰਨ ਹੋ ਸਕਦੇ ਨੇ, ਤਾਂ ਸਾਨੂੰ ਇਸ ਤਰ੍ਹਾਂ ਝਾੜੀਆਂ 'ਚ ਆਪਣੇ ਬੱਚਿਆਂ ਨੂੰ ਨਾ ਸੁੱਟੋ, ਸਾਡੇ ਕੋਲ ਪੰਘੂੜੇ ਦੇ ਵਿੱਚ ਬੱਚਾ ਰੱਖ ਜਾਓ ਅਤੇ ਬਾਕੀ ਅਸੀਂ ਉਹਦੀ ਉਸ ਤੋਂ ਬਾਅਦ ਟੇਕ ਕੇਅਰ ਅਸੀਂ ਕਰਾਂਗੇ। ਇਹਨਾਂ 3 ਸਾਲਾਂ 'ਚ ਸਾਡੇ ਪਾਸ 30 ਬੱਚੇ ਹੁਣ ਤੱਕ ਆ ਚੁੱਕੇ ਨੇ। ਕਈ ਵਾਰੀ ਇੱਥੇ ਬਾਹਰ ਸਾਨੂੰ ਸ਼ਹਿਰ ਦੇ ਵਿੱਚੋਂ ਕਈ ਚੰਗੇ ਮਹਾਂਪੁਰਸ਼ ਸੱਜਣ ਹੁੰਦੇ ਆ ਜਿਹੜੇ ਥੋੜ੍ਹੀ ਬਹੁਤੀ ਕੋਈ ਚੀਕ ਪੁਕਾਰ ਸੁਣ ਕੇ ਇੱਧਰ ਉੱਧਰ ਦੇਖ ਲੈਂਦੇ ਆ ਅਤੇ ਬੱਚਾ ਪਿਆ ਮਿਲ ਜਾਂਦਾ ਤਾਂ ਉਹ ਵੀ ਇੱਥੇ ਛੱਡ ਜਾਂਦੇ ਆ, ਉਹ ਅਸੀਂ ਅਡਾਪਟ ਕਰ ਲੈਂਦੇ ਹਾਂ। ਸੋ ਇੱਕ ਬੱਚੀ ਗਟਰ 'ਚੋਂ ਮਿਲੀ ਪਿੱਛੇ, ਤੁਸੀਂ ਦੱਸਦੇ? ਗਟਰ 'ਚੋਂ 20 ਮਿਲੀ ਸੀ ਜੀ ਬੱਚੀ। ਸੋ ਹਾਂ, ਉਹਨਾਂ ਉਹ ਇੱਥੇ ਲੈ ਕੇ ਆਏ ਸਾਡੇ ਕੋਲ, ਉਹ ਬੱਚੀ ਠੀਕ ਠਾਕ ਸੀ, ਬਹੁਤ ਵਧੀਆ ਬੱਚਾ ਸੀਗਾ। ਅੱਛਾ, ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ? ਸ਼ਹਿਰ ਜੀ, ਹਾਂ ਸ਼ਹਿਰ ਦੇ ਵਿੱਚ ਹੀ ਹੈਗੀਆਂ। ਜਿਸ ਤਰ੍ਹਾਂ ਹੁਣ ਪਿੱਛੇ ਜੰਡਿਆਲਾ ਗੁਰੂ ਦੇ ਲਾਗੇ ਖੇਤਾਂ ਦੇ ਵਿੱਚੋਂ ਇੱਕ ਲੜਕੀ ਮਿਲੀ ਸੀਗੀ ਅਤੇ ਉਹ ਪੁਲਿਸ ਰਾਹੀਂ ਸਾਡੇ ਕੋਲ ਇੱਥੇ ਪਹੁੰਚੀ। ਅਸੀਂ ਉਹਦਾ ਠੰਡ ਲੱਗੀ ਸੀ ਲੜਕੀ ਨੂੰ, ਉਹਨੂੰ ਛੋਟੀ ਬੱਚਾ ਸੀ ਬਿਲਕੁਲ 2-3 ਦਿਨਾਂ ਦਾ, ਉਹਦਾ ਇਲਾਜ ਵਗੈਰਾ ਸਾਰਾ ਅਸੀਂ ਕਰਵਾਇਆ। 5-6 ਦਿਨ ਅਸੀਂ ਉਹਨੂੰ ਮੈਡੀਕਲ ਟ੍ਰੀਟਮੈਂਟ ਦਵਾਉਂਦੇ ਰਹੇ। ਵੱਖਰੇ ਵੱਖਰੇ ਕੇਸ ਹੁੰਦੇ ਆ, ਮਤਲਬ ਪੰਘੂੜੇ 'ਚ ਸਿੱਧੇ ਵੀ ਬੱਚੇ ਲੋਕ ਰੱਖ ਜਾਂਦੇ ਆ,
ਖੇਤਾਂ ਵਿੱਚੋਂ ਵੀ ਬੱਚੇ ਕਈ ਵਾਰੀ ਮਿਲ ਜਾਂਦੇ ਆ, ਕੂੜੇ ਕਰਕਟ 'ਚ ਵੀ ਲੋਕ ਸੁੱਟ ਜਾਂਦੇ ਆ। ਜਿਹੜਾ ਅਬੈਂਡਨ ਕਰਨਾ ਚਾਹੁੰਦਾ ਬੱਚੇ ਨੂੰ, ਉਹ ਤਾਂ ਕਿਤੇ ਵੀ ਸੁੱਟ ਦੂਗਾ ਜੀ ਉਹ ਤਾਂ। ਅਤੇ ਇਸ ਤਰ੍ਹਾਂ ਇਹ ਜੋ ਲੜਕੀਆਂ ਬੇਸਹਾਰਾ ਕਰਕੇ ਸੁੱਟ ਦਿੱਤੀਆਂ ਜਾਂਦੀਆਂ ਨੇ, ਇਹਨਾਂ ਨੂੰ ਸਾਂਭਣ ਲਈ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਕੁਛ ਇਹੋ ਜਿਹੇ ਥਾਂ ਬਣੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਵਿਚਾਰੀਆਂ ਲਈ ਉੱਥੇ ਇਹਨਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਅਤੇ ਆਓ ਤੁਹਾਨੂੰ ਲੈ ਚੱਲੀਏ ਇਸ ਤਰ੍ਹਾਂ ਹੀ ਇੱਕ ਸਹਾਰੇ ਵਾਲੀ ਜਗ੍ਹਾ 'ਤੇ ਜੋ ਸਥਿਤ ਹੈ ਜਲੰਧਰ ਵਿੱਚ। ਇਹ ਮਈ 17, 1993 ਵਿੱਚ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਵੱਲੋਂ 1082B ਮਾਡਲ ਹਾਊਸ ਜਲੰਧਰ ਵਿੱਚ ਬਣਾਇਆ ਗਿਆ ਇਹ ਟਿਕਾਣਾ, ਜਿਹਦਾ ਨਾਂ ਯੂਨੀਕ ਹੋਮ ਹੈ। ਇਹਦੇ ਵਿੱਚ 56 ਲੜਕੀਆਂ ਰਹਿ ਰਹੀਆਂ ਇਸ ਵੇਲੇ, ਜਿਨ੍ਹਾਂ ਦੀ ਉਮਰ ਕੁਛ ਕੁ ਮਹੀਨੇ ਤੋਂ ਲੈ ਕੇ 20-22 ਸਾਲ ਤੱਕ ਹੈ। ਅਤੇ ਆਹ ਜੋ ਇਸ ਬਿਲਡਿੰਗ ਦੇ ਬਾਹਰ ਦੇਖੋ ਇੱਕ ਖਿੜਕੀ ਲੱਗੀ ਹੈ, ਇਹਦੇ ਵਿੱਚ ਬਾਹਰਲੀ ਸਾਈਡ ਦੇ ਉੱਤੇ ਇੱਕ ਖੋਲ੍ਹਣ ਵਾਲੀ ਵਿੰਡੋ ਹੈ, ਅਤੇ ਇਸ ਨੂੰ ਕ੍ਰੈਡਲ ਕਿਹਾ ਜਾਂਦਾ ਹੈ। ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਤਰਸ ਕਰੋ, ਲੜਕੀਆਂ ਨੂੰ ਮਾਰੋ ਨਾ, ਜੇ ਤੁਸੀਂ ਇਹਨਾਂ ਨੂੰ ਰੱਖਣਾ ਨਹੀਂ ਚਾਹੁੰਦੇ ਤਾਂ ਇਸ ਕ੍ਰੈਡਲ ਵਿੱਚ ਰੱਖ ਜਾਓ। ਅਸੀਂ ਅਤੇ ਕੁਛ ਦਾਨੀ ਸੱਜਣ ਜੋ ਇਹੋ ਜਿਹੀਆਂ ਗੱਲਾਂ ਦੇ ਖਿਲਾਫ ਆ, ਉਹਨਾਂ ਵੱਲੋਂ ਬਣਾਇਆ ਗਿਆ ਇਹ ਸਥਾਨ ਇਹਨਾਂ ਲੜਕੀਆਂ ਦੀ ਦੇਖਭਾਲ ਕਰੇਗਾ। ਅਤੇ ਇਸ ਕ੍ਰੈਡਲ ਦੇ ਵਿੱਚ ਜਦੋਂ ਕੋਈ ਲੜਕੀ ਨੂੰ ਰੱਖਦਾ, ਚਾਹੇ ਅੱਧੀ ਰਾਤ ਹੋਵੇ ਚਾਹੇ ਸਵੇਰਾ ਹੋਵੇ, ਤਾਂ ਉਸ ਦੀ ਘੰਟੀ ਜੋ ਬੀਬੀ ਪ੍ਰਕਾਸ਼ ਕੌਰ ਆ, ਜੋ ਇਸ ਸਥਾਨ ਦੀ ਇਸ ਜਗ੍ਹਾ ਦੀ ਲੁੱਕ ਆਫਟਰ ਕਰਦੇ ਆ, ਇਹਦੇ ਇੰਚਾਰਜ ਆ, ਉਹਨਾਂ ਦੇ ਰੂਮ ਵਿੱਚ ਫਿਰ ਘੰਟੀ ਖੜਕ ਜਾਂਦੀ ਆ। ਅਤੇ ਜਦੋਂ ਘੰਟੀ ਖੜਕਦੀ ਤਾਂ ਉਹ ਬੱਚੀ ਨੂੰ ਚੁੱਕ ਕੇ ਲਿਜਾਂਦੇ ਆ, ਤਾਂ ਸਾਰੇ ਬੱਚੇ ਉੱਥੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ ਕਿ ਬੇਬੀ ਆ ਗਿਆ, ਇੱਕ ਹੋਰ ਬੇਬੀ ਆ ਗਿਆ, ਅਤੇ ਇੱਕ ਹੋਰ ਬੇਬੀ ਆ ਗਿਆ। ਸਾਰ ਨਾ ਮਾਂ ਨੇ ਮੂੰਹ ਚੁੰਮਿਆ ਤੇ ਦਿੱਤੀ ਪਿਓ ਨਾ ਲੋਰੀ ਉਸਾਰ ਬਾਵਾਂ ਅੰਬਰ ਰੋਇਆ ਨਾ ਧਰਤ ਦੀ ਇੱਕ ਪਾਟੀ ਜਿੰਦਾ ਨਿੱਕੀਆਂ ਨਿੱਕੀਆਂ ਦੀਆਂ ਸੁਣਤਾਂ ਸੜ ਜਾਂਦੇ ਫੁੱਲ ਅੰਗਿਆਰਿਆਂ ਤੇ ਯੂਨੀਕ ਹੋਮ ਜਿਹੀਆਂ ਜੇ ਨਾ ਹੋਣ ਥਾਵਾਂ ਲੱਖ ਸੀਸ ਮਿਲ ਬੇਸਹਾਰਿਆਂ ਦੀ ਜਿਹੜਾ ਕਰੇ ਮਸੂਮਾਂ ਦੇ ਸਿਰੀ ਛਾਵਾਂ। ਸਾਡੇ ਵਰਗੇ ਦਾਨੀ ਸੱਜਣਾਂ ਵੱਲੋਂ ਦਿੱਤੇ ਦਾਨ ਨਾਲ ਚਲਾਈ ਜਾ ਰਹੀ ਇਸ ਸੰਸਥਾ ਵਿੱਚ ਇਹਨਾਂ ਬੱਚੀਆਂ ਨੂੰ ਬਿਲਕੁਲ ਘਰਾਂ ਵਾਲਾ ਮਾਹੌਲ ਮਿਲ ਰਿਹਾ, ਇਹਨਾਂ ਦੀ ਲੁੱਕ ਆਫਟਰ ਹੋ ਰਹੀ ਆ, ਇਹਨਾਂ ਨੂੰ ਵਧੀਆ ਵਧੀਆ ਸਕੂਲਾਂ ਦੇ ਵਿੱਚ ਪੜ੍ਹਨੇ ਪਾਇਆ ਗਿਆ। ਦੇਖੋ ਇਹ ਬੱਚੀਆਂ ਇੱਥੇ ਦੇ ਲਾਗਲੇ ਸਕੂਲ ਵਿੱਚ ਜਾਂਦੀਆਂ, ਇੱਥੇ ਦੇ ਖਾਲਸਾ ਲੈਲਪੁਰ ਕਾਲਜ ਦੇ ਵਿੱਚ ਜਾਂਦੀਆਂ। ਅੱਜ ਇਸ ਯੂਨੀਕ ਹੋਮ ਵਿੱਚ 58 ਬੱਚੀਆਂ ਰਹਿ ਰਹੀਆਂ ਹਨ, ਜਿਨ੍ਹਾਂ ਦੀ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ 12 ਲੜਕੀਆਂ ਦੀਆਂ ਸ਼ਾਦੀਆਂ ਕਰਕੇ ਉਹਨਾਂ ਦਾ ਘਰ ਵਸਾਇਆ ਗਿਆ। ਤੇ ਗਰਮੀਆਂ ਦੀਆਂ ਛੁੱਟੀਆਂ 'ਚ ਇੱਥੇ ਖੂਬ ਰੌਣਕਾਂ ਲੱਗੀਆਂ ਹੁੰਦੀਆਂ ਵੀ ਨਾਨਕੇ ਜਾਣਾ ਨਾ, ਇਹ ਉਹਨਾਂ ਦਾ ਪੇਕਾ ਘਰ ਵੈ। ਬੱਚੀਆਂ ਆਪਣੇ ਪੇਰੈਂਟਸ ਘੁੰਮਦੀਆਂ ਨੇ, ਗਰਮੀਆਂ ਦੀਆਂ ਛੁੱਟੀਆਂ ਕੱਟਣ ਆਉਂਦੀਆਂ ਨੇ, ਬੱਚੇ ਆਉਂਦੇ ਆ, ਨਾਨਕੇ ਆਉਂਦੇ ਆ। ਉਹ ਪਹਿਲਾਂ ਹੀ ਮੈਨੂੰ ਫੋਨ ਕਰ ਦਿੰਦੇ ਆ, ਨਾਨੀ ਮਾਂ ਅੱਜ ਆਹ ਕੁਛ ਲੈ ਕੇ ਆ ਸਾਡੇ ਲਈ, ਤਿਆਰ ਰੱਖਣਾ ਤੁਸੀਂ। ਉਹ ਹੱਕ ਨਾਲ ਮੰਗਦੀਆਂ ਨੇ, ਹੱਕ ਨਾਲ। ਜੇ ਸਾਡੇ ਮੰਮਾ ਨੇ, ਇਹਨਾਂ ਨੇ ਸਾਨੂੰ ਅੱਗੇ ਪਾਲਿਆ ਸਾਂਭਿਆ, ਮੈਰਿਜ ਕੀਤੀ, ਬਹੁਤ ਸੋਹਣੇ ਘਰ 'ਚ ਵਿਆਹਿਆ ਸਾਨੂੰ, ਬਹੁਤ ਹੀ ਅੱਛੇ। ਅਤੇ ਜਦੋਂ ਅਸੀਂ ਆਉਂਦੇ ਹਾਂ ਸਾਡਾ ਦਿਲ ਕਰਦਾ, ਅਸੀਂ ਉੱਧਰ ਰਹਿੰਦੇ ਪਲਾਟ ਵਿੱਚ, ਪੇਕਾ ਘਰ ਸਾਡਾ ਇਹੀ ਹੈ। ਜਦੋਂ ਅਸੀਂ ਬਹੁਤ ਸਾਨੂੰ ਪਿਆਰ ਦਿੱਤਾ ਇਹਨਾਂ ਨੇ, ਬਹੁਤ ਹੀ ਜ਼ਿਆਦਾ। ਇੱਕ ਸਭ ਕਈਆਂ ਦੇ ਮਾਂ ਬਾਪ ਹੁੰਦੇ ਹੀ, ਇੱਕ ਸਾਨੂੰ ਕਹਿੰਦੇ ਨਾ ਕਿ ਇਹ ਜਨਮ ਦਿੱਤਾ ਵਾਲੀ ਮਹਾਨ ਨਹੀਂ ਹੁੰਦੀ, ਪਾਲਣ ਵਾਲਾ ਜ਼ਿਆਦਾ ਮਹਾਨ ਹੁੰਦਾ। ਉਹਨਾਂ ਨੇ ਸਾਡੀ ਲੁਕਾਫਟਰ ਕੀਤੀ, ਸਾਡੇ ਵਾਸਤੇ ਉਹ ਹੀ ਬਹੁਤ ਹੈ।
ਇੱਕ ਸਵੀ ਬਹੁਤ ਜ਼ਿਆਦਾ ਕਰਦੇ ਸਾਨੂੰ। ਮੈਂ ਕਹਿੰਦੀ ਨਾ ਮਾਂ ਬਾਪ ਆਪਣੇ ਨਹੀਂ ਬੱਚਿਆਂ ਦਾ ਨਹੀਂ ਕਰ ਸਕਦੇ ਜਿੰਨਾ ਸਾਡੇ ਮੰਮਾ ਸਾਡੇ ਦਾ ਖਿਆਲ ਰੱਖਦੇ। ਅਸੀਂ ਤਦ ਕਹਿੰਦੇ ਸੀ ਕਿ ਸਾਨੂੰ ਪਿੱਛੇ ਕੋਈ ਦੇਖਣ ਵਾਲਾ ਨਹੀਂ ਹੈਗਾ, ਫਿਰ ਅਸੀਂ ਇਹਨਾਂ ਨੂੰ ਕਹਿ ਸਕਦੇ ਸੀ ਇੱਕ ਸਵੀ, ਪਰ ਸਾਡੇ ਪਿੱਛੇ ਇਹਨਾਂ ਨੇ ਪੂਰੇ ਵੈਰ ਰੱਖਿਆ, ਹੱਥ ਰੱਖਿਆ ਇੱਕ ਸਵੀ ਸਾਨੂੰ ਦੇਖਦੇ ਇੱਕ ਸਵੀ। ਫਿਰ ਤੁਹਾਨੂੰ ਸਦ ਤਦ ਕਰਕੇ ਸਾਨੂੰ ਇੰਨਾ ਅਹਿਸਾਸ ਨਹੀਂ ਹੋਇਆ ਇੱਕ ਸਵੀ। ਲੋਕੀ ਪੁੱਛਦੇ ਆ ਤੁਹਾਡੇ ਮਾਂ ਸਾਡੇ ਮਾਂ ਬਾਪ ਇਹੀ ਹੈ ਇੱਕ ਸਵੀ, ਜੋ ਕੁਛ ਵੀ ਹੈਗਾ। ਤੁਸੀਂ ਜਿੰਨੀਆਂ ਹੋਰ ਕੁੜੀਆਂ ਵੀ ਵਿਆਹੀਆਂ ਤੁਹਾਡੇ ਵਰਗੀਆਂ ਹੋਰ ਬੱਚੀਆਂ ਵੀ ਸੀਗੀਆਂ ਜਿਹੜੀਆਂ ਇੱਥੇ ਵੱਡੀਆਂ ਹੋਈਆਂ, ਫੇ ਉਹ ਤੁਸੀਂ ਸਾਰੀਆਂ ਹੁਣ ਮਿਲਦੀਆਂ ਹੀ ਗਲਦੀਆਂ ਇੱਕ ਦੂਜੀ? ਹਾਂਜੀ, ਮੈਂ ਇਹਨਾਂ ਦੇ ਘਰ ਜਾਂਦੀਆਂ ਕਈ ਵਾਰੀ, ਮੇਰੇ ਘਰ ਰਹਿੰਦੇ। ਇੱਕ ਸਾਡੀ ਹੋਰ ਭੈਣ ਆਈ ਸੋ ਕੱਲ ਹੀ ਗਈ ਹੈ ਜੀ, ਮੈਂ ਇੱਥੇ ਲੋਕਲ ਹੀ ਮੇਰੇ ਘਰਾਂ ਵੱਲ ਜਾਂਦੀ ਆ ਰੇਨੂ। ਫੇ ਤੁਸੀਂ ਆਪਣੇ ਬੱਚਿਆਂ ਨਾਲ ਪੇਕਿਆਂ ਵਾਂਗੂ ਇੱਥੇ ਆਉਂਦੇ? ਮਾਸੀਆਂ ਮਾਸੀਆਂ ਹੈਗੀਆਂ ਇੱਕ ਸਭੀ ਮਿਲਦੇ ਵਰਤਦੇ, ਇੱਕ ਸਾਹਿਬ ਮੇਰੇ ਕੋਲ ਆਉਂਦੀ, ਮੈਂ ਇਹਦੇ ਕੋਲ ਚਲ ਜਾਂਦੀ ਲੁਧਿਆਣੇ, ਮੈਂ ਤਾਂ ਇੱਥੇ ਲੋਕਲ ਹੀ ਹੈਗੀਆਂ। ਅਤੇ ਚਾਹੇ ਇਹਨਾਂ ਦੇ ਕੋਈ ਮਾਪੇ ਨਹੀਂ, ਕੋਈ ਪਤਾ ਨਹੀਂ ਕਿ ਇਹਨਾਂ ਦਾ ਮਾਂ ਪਿਓ ਕੌਣ ਸੀ, ਅੱਜ ਇਹਨਾਂ ਦਾ ਸਾਂਝੇ ਤੌਰ 'ਤੇ ਜਨਮਦਿਨ ਮਨਾਇਆ ਜਾਂਦਾ, ਅੱਜ ਇਹਨਾਂ ਨੂੰ ਆਪਣੇ ਹੀ ਬੱਚਿਆਂ ਨੂੰ ਖੁਸ਼ੀਆਂ ਦਿੱਤੀਆਂ ਜਾਂਦੀਆਂ। ਅਸੀਂ ਨੰਨੀਆਂ ਮੁੰਨੀਆਂ ਪਰੀਆਂ ਵੇ ਦੱਸੋ ਕਿਸ ਆਦਮ ਦੀਆਂ ਜਾਈਆਂ ਵੇ, ਅਸੀਂ ਹੋਰ ਵੀ ਕੁਝ ਨਾ ਲੋੜਦੀਆਂ, ਬਸ ਮਮਤਾ ਦੀਆਂ ਤਰਹਾਈਆਂ ਵੇ। ਅਸੀਂ ਕੀ ਦੀ ਹਾਂ ਮਜਬੂਰੀ ਦੱਸ, ਅਸੀਂ ਕੀ ਦੇ ਚਾਕ ਵਾਰੇ ਨੀ, ਇੱਕ ਮਾਂ ਤੇਰੀ ਲੋਰੀ ਮਾਨਣ ਲਈ ਅਸੀਂ ਜਾਈਏ ਕਿਸ ਦੁਆਰੇ ਨੀ, ਇੱਕ ਬਾਬਲ ਤੇਰੀ ਰੀਜ ਲਈ ਅਸੀਂ ਕੂੰਜ ਵਾਂਗ ਕਰ ਲਾਈਆਂ ਵੇ। ਅਸੀਂ ਹੋਰ ਨਾ ਕੁਝ ਵੀ ਲੋੜਦੀਆਂ, ਬਸ ਮਮਤਾ ਦੀਆਂ ਤਰਹਾਈਆਂ ਵੇ। ਉੱਥੇ ਵੀ ਗੱਲਾਂ ਚੱਲਦੀਆਂ ਨੇ ਕਿ ਕਿਧਰੇ ਸੇਵਾ ਦੇਖਣੀ ਮਾਨਵਤਾ ਦੀ, ਤੋਂ ਬੀਬੀ ਪ੍ਰਕਾਸ਼ ਕੌਰ ਦੀ ਯੂਨੀਕ ਹੋਮ 'ਚ ਆਓ ਔਰ ਦੇਖੋ ਕਿਸ ਤਰ੍ਹਾਂ ਦੁਨੀਆ ਬੱਚਿਆਂ ਨੂੰ ਗਾਲਾਂ ਲਗਾ ਕੇ ਉਹਦਾ ਪਾਲਣ ਪੋਸ਼ਣ ਕਰ ਰਹੀ ਹੈ। ਦੇਖੋ ਇਨਹੇ ਯੇ ਹੈ ਉਸ ਕੀ ਬੂੰਦੇ, ਪੱਤੋਂ ਕੀ ਗੋਦ ਮੇ ਆਸਮਾਂ ਸੇ ਕੂਦੇ, ਅੰਗੜਾਈ ਲੇ ਫਿਰ ਕਰਵਟ ਬਦਲ ਕਰ, ਨਾਜ਼ੁਕ ਸੇ ਮੋਤੀ ਹੱਸਦੇ ਫਿਸਲ ਕਰ, ਖੋ ਨਾ ਜਾਈਏ ਤਾਰੇ ਜ਼ਮੀਂ ਪਰ। ਯੇ ਤੋ ਹੈ ਸਰਦੀ ਮੇ ਧੂਪ ਕੀ ਕਿਰਨੇ, ਉਤਰੇ ਜੋ ਆਂਗਨ ਕੋ ਸੁਨਹਿਰਾ ਸਾ ਕਰਨੇ, ਮਨ ਕੇ ਅੰਧੇਰੋਂ ਕੋ ਰੋਸ਼ਨ ਸਾ ਕਰ ਦੇ, ਠਿਠੁਰਤੀ ਹਥੇਲੀ ਕੀ ਰੰਗਤ ਬਦਲ ਦੇ, ਖੋ ਨਾ ਜਾਈਏ ਤਾਰੇ ਜ਼ਮੀਂ ਪਰ। Thank you.
ਕਿਸਮਤ ਰੱਬ ਨੇ ਕਿਹੋ ਜਿਹੀ ਘੜੀ ਹੋਈ ਹੈ ਸਾਰੇ ਜੱਗ ਜਹਾਨ ਦੀ ਇਹ ਸਾਰ ਜਾਣੇ ਜ਼ਿੰਦਗਾਨੀ ਦੇ ਫਲਸਫੇ ਪੜ੍ਹੀ ਹੋਈ ਹੈ ਮੁੱਦਤ ਗੁਜ਼ਰ ਗਈ ਹੈ ਸਭ ਕੁਝ ਬਦਲ ਚੁੱਕਾ ਬੀਬੀ ਪ੍ਰਕਾਸ਼ ਕੌਰ ਜੀ ਦੀ ਇਹ ਘਾਲਣਾ ਜਿਸ ਸਦਕਾ ਉਹਨਾਂ ਨੇ ਬੇਸਹਾਰਾ ਬੱਚੀਆਂ ਨੂੰ ਆਪਣੇ ਦਿਲ ਦਾ ਟੁਕੜਾ ਬਣਾ ਕੇ ਮਾਂ ਦੀ ਮਮਤਾ ਦਾ ਨਿੱਘ ਦਿੱਤਾ ਇਹ ਤਪੱਸਿਆ ਕਿਸੇ ਤੋਂ ਛੁਪੀ ਹੋਈ ਨਹੀਂ। ਰਿਲਾਇੰਸ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਹਰ ਸਾਲ ਸਾਰੇ ਭਾਰਤ ਵਿੱਚੋਂ ਇੱਕ ਭਾਰਤੀ ਹੀਰੋ ਦਾ ਸਨਮਾਨ ਕੀਤਾ ਜਾਂਦਾ ਹੈ ਜਿਹਨੇ ਬੱਚਿਆਂ ਦੇ ਖੇਤਰ ਵਿੱਚ ਪੜ੍ਹਾਈ ਅਤੇ ਭਲਾਈ ਲਈ ਸੇਵਾਵਾਂ ਅਰਪਣ ਕੀਤੀਆਂ ਹੋਣ। 2011 ਦੇ ਇਨਾਮ ਲਈ ਬੀਬੀ ਜੀ ਨੂੰ ਚੁਣਿਆ ਗਿਆ। ਆਓ ਦੇਖੋ ਸਾਰੇ ਭਾਰਤ ਵਿੱਚ IBN ਅਤੇ CNN ਵੱਲੋਂ ਇੰਡੀਆ ਭਰ 'ਚ ਲਾਈਵ ਬ੍ਰੌਡਕਾਸਟ ਕੀਤੀ ਇਹ ਰਿਪੋਰਟ ਦਾ ਇਹ ਹਿੱਸਾ। 5 years, 120 heroes, and the inspiring stories of ordinary Indians and their extraordinary service. 2011, we met one such real hero, Prakash Kaur. Can we have Prakash Kaur? Awarded in the education and children category, Prakash Kaur is saving the girl child in Punjab. ए बेबी क्रेडल ना बनद और इना बच्चियां नु भी जीण दा हक दित्ता जावे और इना नु दुनिया विच आउण देओ। With 846 girls for every 1,000 boys, Punjab has the worst sex ratio in the entire country. But it is here in Jalandhar city, at the unique home, that the girl child of Punjab is getting a new lease of life. Prakash Kaur adopts these girls as her own. This when their own parents wish they were dead, all because they were girls. Punjab ne to je mind mein hai logon ke हाय मुंडा हाय मुंडा हाय मुंडा मुझे बेटा चाहिए बस वो मेरी प्रॉपर्टी का वारिस हो। 60 years ago Prakash too was abandoned by her parents and a local gurudwara was what she called home. In 1993 Prakash set up the unique home for girls. Every girl here is studying at the city's best schools. They are confident, ambitious and have grown up in a nurturing and secure home-like environment. And they all have just a simple prayer on their lips. Thank you God for my mama, one who's ready to die so I can live. Mujhe in bachchon ki life ke liye agar praan nahi dene pade to main de sakti hu. अब बात करते हैं आमिर, जो एनजीओ है, एक आपने जो समस्या उठाई उनको किस तरह से, जो 5 दिन में क्या एक एनजीओ के सामने आया है, यूनिक होम फॉर गर्ल्स, 7,40,296 का ये चेक है। हमारे साथ यहाँ पर जो एनजीओ के लोग हैं वो मौजूद हैं, उनको हमें चेक देंगे और उतने ही का चेक रिलायंस फाउंडेशन की तरफ से भी दिया गया है। धन्यवाद। आया
सर, बहुत बहुत धन्यवाद आपका। थैंक यू। अब मैं मिलता हूँ आपसे, मैं आपसे, क्योंकि आपको इस वक्त माइक नहीं लगा हुआ है, मैं आपसे बातचीत। ओके, थैंक यू जी, शुक्रिया, बहुत बहुत। तो ये जो यूनिक होम फॉर गर्ल्स है उसके लिए ये डोनेशन आया, और सिर्फ 5 दिन में आया, 7,40,296 का, और उतना ही रिलायंस फाउंडेशन की तरफ से भी दिया गया है। तो लोग बड़ी संख्या में जुड़ रहे हैं, शो को देख रहे हैं। तो यूनिक होम के सारे बच्चों को मेरा बहुत बहुत प्यार, मेरा नमस्कार, मेरा सलाम, और आपके सारे मैसेजेस मुझे मिले हैं, मैं उनको पढ़ूंगा। बहुत खुशी हुई मुझे आपने ये सब मेरे लिए भेजा, पत्र भेजे, और आपकी फोटोज मैं देख रहा हूँ इस वक्त। मैं अपनी तरफ से बहुत बहुत प्यार भेजता हूँ आपको, और आप लोग खुश रहें। और जो उन्होंने मेन मैसेज दिया है कि 24th अप्रैल को हम जॉइंटली सभी बच्चों का बर्थडे सेलिब्रेट करते हैं। एवरी ईयर, हर साल 24 अप्रैल को, 24th अप्रैल को। और सब बच्चों ने कहा है कि मामा प्लीज हमारी हम्बल रिक्वेस्ट करना कि हमारे बर्थडे पे जरूर आओ। जरूर जरूर, मैं जरूर आऊंगा इंशाल्लाह। मैं जो बच्ची छोटी थी उसने ऐसा रिकॉर्ड किया है, ऐसे हम काफी उन्होंने रात बेंद करके बनाया। जी जी जी, ये सब मैं अपने, उन्होंने बेनती की है, रिक्वेस्ट किया है, साहब को बोला हमारे पास जरूर आए। देखिए मैं अपनी तरफ से पूरी कोशिश करूंगा कि 24 अप्रैल को मैं आ सकूं, और कभी कभी मेरी शूटिंग होती है तो अगर मैं नहीं आ पाऊं इस साल तो अगले साल आ जाऊंगा। कभी भी जब उधर आए, कभी ना कभी जरूर आऊंगा। हाय कुछ ता साडे नाल दियां कुखां विच सूली चढ़ गईयां, कुछ बेदर्दां दी नफरत दे आ चंद्रे हड़ विच रुड़ गईयां, सानू गैरा ने गल लाया ते अपनिया ठुकराइया वे, असी होर भी कुछ ना लोड़ दिया बस ममता दिया तरहाइया वे। जिस जगह ये बच्चियों का पालन पोषण किया जा रहा सी 1993 तो जिस बिल्डिंग में ये रह रही सी, 56 लड़कियां, 4-5 कमरे, चार चार पांच पांच लड़कियां करीबां विच, इस सारे गल नूं भांपदे होए ताडे वर्गे दानी सज्जणां दी हैल्प दे नाल, मदद दे नाल, इस यूनिक होम वल्लों कुछ थोड़ी जी जमीन खरीदी गई सी। अज उस जमीन उत्ते इन्हां बच्चियां लई एक नवां घर बन रहा, एक नवी रहायश लई एक आश्रम बन रहा। अज साडा सारिआं दा इह फर्ज बणदा कि इहदीआं नीआं पक्कीआं करन लई, बच्चिआं दे इस रहायश वाले थां लई साडे वल्लों जो भी तिल फुल सरदा साडे कोल, सानूं इहनां दी मदद करनी चाहीदी आ, तां कि इह बच्चिआं दा भविख उजड़ा हो जावे, तां कि इह बच्चिआं साडे समाज दा इक वधिया अंग बण सकण, ते साडे वल्लों दित्ते इस दान दे नाल तुहानूं सानूं सभ नूं इह सीसां देण। जाए देवतियां दी
से अखवाए रखियां ना मुड़ियां ना मुड़ियां तकिया।